ਸ਼ਰੀਕ ਸਾਹਿਬ ਦੀ ਮਹਿਰ ਮਿੱਠਾ ਜਿਹੜਾ ਸੀ ਨਾ ਰਾਈ ਬਲਿਆਦਰੀ ਦਾ ਮਹਿਰ ਮਿੱਠਾ, ਉਹ ਦਰਿਆ 'ਚ ਬੰਦਗੀ ਕਰਦਾ ਸੀ ਅਤੇ ਪੰਜੇ ਕੱਪੜੇ ਲਾ ਕੇ ਅਤੇ ਮਿਸਾਲ ਦਰਿਆ ਦੇ ਵਿੱਚ ਖਲੋ ਕੇ ਬੰਦਗੀ ਕਰ ਰਿਹਾ ਅਤੇ ਸ਼ਰੀਕਾਂ ਨੇ ਘੱਲਿਆ ਕਿ ਤੂੰ ਜਾ ਅਤੇ ਮਹਿਰ ਮਿੱਠੇ 'ਤੇ ਜਾ ਕੇ ਕੁਛ ਦਾਨ ਮੰਗ ਦਿੱਤਾ ਤਾਂ ਕੋਈ ਨਹੀਂ ਜਾਣਾ ਤਾਂ ਅਸੀਂ ਪਿੱਛੇ ਤਾੜੀਆਂ ਲਾਵਾਂਗੇ ਕਿ ਮਹਿਰ ਮਿੱਠਾ ਰਾਈ ਬਲਿਆਦਰੀ ਦਾ ਬੜਾ ਵੱਡਾ ਆਦਮੀ ਬੜੀ ਬੰਦਗੀ ਕਰਦਾ ਅਤੇ ਮੀਰ ਆਲਮ ਨੂੰ ਕੁਛ ਦੇ ਨਹੀਂ ਸਕਿਆ। ਉਹ ਜੀ ਮੀਰ ਆਲਮ ਆਇਆ ਅਤੇ ਮਹਿਰ ਮਿੱਠਾ ਆਪਦੀ ਬੰਦਗੀ ਕਰਦਾ ਪਿਆ ਸੀ, ਉਹਨੇ ਸਲਾਮ ਬੁਲਾਇਆ ਅਤੇ ਸਲਾਮ ਬੁਲਾ ਕੇ ਉਹਨੂੰ ਮਹਿਰ ਮਿੱਠੇ ਆਖਿਆ ਜੀ ਹੁਕਮ ਕਰ। ਉਹਨੇ ਆਖਿਆ ਮੈਂ ਤੈਨੂੰ ਮੰਗਣਾ ਕੁਛ ਮੈਨੂੰ ਦੇ। ਉਹਨੇ ਆਖਿਆ ਮੈਨੂੰ ਬਾਹਰ ਆ ਲੈਣ ਦੇ ਸਮੁੰਦਰ 'ਚੋਂ ਦਰਿਆ 'ਚੋਂ ਬਾਹਰ ਆ ਲੈਣ ਦੇ ਅਤੇ ਮੈਂ ਤੈਨੂੰ ਕੁਛ ਦਿਆਂਗਾ। ਉਹਨੇ ਆਖਿਆ ਜੀ ਮੈਂ ਇੱਥੇ ਲੈਣਾ। ਉਹਨੇ ਆਖਿਆ ਜੇ ਤੂੰ ਮੀਰ ਆਲਮ ਤਾਂ ਸੁੱਕੇ ਪੈਰੀ ਦਰਿਆ 'ਚੋਂ ਲੰਘ ਕੇ ਮੇਰੇ ਕੋਲ ਆਈਆ ਤਾਂ ਮੈਂ ਤੈਨੂੰ ਦਾਨ ਦੇਣਾ। ਮੀਰ ਆਲਮ ਵੀ ਜਿਹੜਾ ਮੀਰ ਆਲਮ ਝੂਠ ਨਹੀਂ ਖਾਂਦਾ, ਝੂਠ ਨਹੀਂ ਮਾਰਦਾ। ਮੀਰ ਆਲਮ ਨੇ ਜਿਹਨਾਂ ਅੱਲਾ ਨੂੰ ਯਾਦ ਕੀਤਾ ਉਹਨੇ ਆਖਿਆ ਮੇਰਿਆ ਮਾਲਕਾ ਇਹ ਮੇਰੀ ਮਦਦ ਤੂੰ ਕਰੀ ਅਤੇ ਯਾ ਮੌਲਾ ਸੋਹਣਿਆ ਰੱਬੇ ਕਰੀਮ ਯਾ ਰੀਮ ਯਾ ਕਰੀਮ ਇਹ ਮੇਰੀ ਮਦਦ ਤੂੰ ਹੀ ਕਰਨੀ। ਉਹਨੇ ਅੱਲਾ ਨੂੰ ਯਾਦ ਕੀਤਾ, ਮਰਾਸੀ ਨੇ ਜੀ ਦਰਿਆ ਦੇ ਵਿੱਚੋਂ ਸੁੱਕੇ ਪੈਰੀ ਲੰਘ ਕੇ ਉਹ ਗਿਆ। ਚੱਲ ਮਹਿਰ ਮਿੱਠੇ ਆਖਿਆ ਤੂੰ ਆ ਗਿਆ, ਮੈਂ ਵੀ ਹੁਣ ਅੱਲਾ ਦਾ ਨਾਂ ਲੈ ਕੇ ਤੇਰੇ ਵਾਸਤੇ ਕੁਛ ਲਿਆਉਣ ਲੱਗਿਆ। ਮਹਿਰ ਮਿੱਠੇ ਜੀ ਅੱਲਾ ਨੂੰ ਕੀਤਾ ਯਾਦ, ਉਹਨੇ ਟੁੱਬੀ ਮਾਰੀ ਰੇਤਾਂ ਨੇ ਬੁੱਕ ਭਰਿਆ ਜੀ ਬਾਹਰ ਕੱਢਿਆ ਹੀਰੇ ਮੋਤੀ ਲਾਲ ਜਵਾਹਰ ਬੁੱਕ। ਹੀਰਾ ਮੋਤੀ ਲਾਲ ਤੇ ਕੀ ਹੋਵੇ, ਸੱਤਾਂ ਬਾਦਸ਼ਾਹ ਦੇ ਲਾਲ ਹੁੰਦਾ ਤਾਂ ਉਹਨੇ ਭਰਿਆ ਬੁੱਕ ਤੇ ਹੀਰੇ ਮੋਤੀ ਲਾਲ ਜਵਾਹਰਾਂ ਦਾ ਬੁੱਕ ਭਰੀਜਾ। ਉਸ ਟਾਈਮ ਮੀਰ ਆਲਮ ਨੇ ਆਖਿਆ ਆਮੂ ਜੈ ਨਹੀਂ ਬਾਣੀਆ ਤੇ ਧਰਤੀ ਜੈ ਨਹੀਂ ਖੱਟ। ਮਹਿਰ ਮਿੱਠੇ ਨੂੰ ਮੰਗਿਆ ਦਰਿਆ ਦੇ ਵਿੱਚ ਹੀਰੇ ਮੋਤੀ ਲਾਲ ਜਵਾਹਰ ਦਿੱਤੇ ਸੱਤ। ਇਹ ਜੀ ਉਹਨੇ ਨਾਮ ਦਿੱਤਾ। ਮਹਿਰ ਮਿੱਠੇ ਦੀ ਵੀ ਬਲ ਬਲ ਹੋ ਗਈ ਅਤੇ ਮਰਾਸੀ ਦੀ ਵੀ ਬਲ ਬਲ ਹੋ ਗਈ। ਇਹ ਰਾਈਆਂ ਦਾ ਕਾਰਿਆ ਵੀ ਸ਼ੁਰੂ ਤੋਂ ਕਰ, ਜਿਹੜਾ ਨਹਿਤੁੱਲਾ ਹੈ ਬਾਬਾ ਨਹਿਤੁੱਲਾ, ਸ਼ਹੀਦ ਵਾਰਿਸ ਸ਼ਾਹ ਵੀ ਉਹਦਾ ਮਰੀਦ ਹੀ ਉਹ ਤੋਂ ਸਬਕ ਲਿਆ ਅਤੇ ਸ਼ਹੀਦ ਬੁੱਲੇ ਸ਼ਾਹ ਉਹਨੇ ਵੀ ਉਸ ਤੋਂ ਸਬਕ ਲਿਆ। ਇਹ ਮਹਿਰ ਮਿੱਠੇ ਜੇ ਕੋਈ ਦਿਲ ਵਾਲੇ ਹੋਣ ਨਾ, ਲੰਗੋਟੇ ਦੇ ਪੱਕੇ ਹੋਣ, ਇਹਨਾਂ ਨੂੰ ਕੁਦਰਤ ਅੱਲਾ ਵੱਲੋਂ ਕੋ ਫਕੀਰੀ ਹਾਲ ਇਹਨਾਂ ਵੱਲੇ ਵੇਖ ਗਿਆ ਅਤੇ 5 ਦਿਨ 1.25 ਲੱਖ ਨਾਰਾ ਹੈਦਰੀ ਯਾ ਅਲੀ ਹੈਦਰ।